ਨਮੋ ਬੁਧਾਏ, ਜੈ ਭੀਮ, ਜੈ ਪਾਲ ਸਾਰੇ ਸਤਿਕਾਰਯੋਗ ਸਾਥੀਆਂ ਨੂੰ। ਇੱਕ ਕਦਮ ਪਰਿਵਰਤਨ ਕੀ ਟੀਮ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਜੀ। ਹਮੇਸ਼ਾ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਇਸ ਫੇਸਬੁੱਕ ਲਾਈਵ ਤੇ ਲੈ ਕੇ ਆਉਂਦੀ ਆ। ਔਰ ਅੱਜ ਸਾਡੇ ਨਾਲ ਪ੍ਰਗਤੀ ਕਲਾ ਕੇਂਦਰ ਲਾਂਦੜਾ ਦੇ ਜੋ ਡਾਇਰੈਕਟਰ ਸੋਢੀ ਰਾਣਾ ਜੀ ਹਨ, ਉਹਨਾਂ ਦੇ ਸਪੁੱਤਰ ਕੁਲਜੀਤ ਰਾਣਾ ਜੀ ਸਾਡੇ ਨਾਲ ਹਾਜ਼ਰ ਹਨ। ਅੱਜ ਅਸੀਂ ਜਾਣਾਂਗੇ ਕਿ ਉਹਨਾਂ ਦਾ ਜੋ ਕਾਰਜਕਾਰੀ ਹੈ ਉਹ ਕਿਸ ਤਰ੍ਹਾਂ ਦੀ ਹੈ। ਔਰ ਇਸ ਟਾਈਮ ਕੁਲਜੀਤ ਰਾਣਾ ਜੀ ਕੈਨੇਡਾ ਦੇ ਵਿੱਚ ਹਨ। ਸੋ ਸਾਥੀਓ, ਜਿਨ੍ਹਾਂ ਦੇ ਅੰਦਰ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਚੱਲ ਜਾਂਦੀ ਹੈ ਉਹ ਕਦੇ ਟਿਕੇ ਨਹੀਂ ਬਹਿੰਦੇ, ਚਾਹੇ ਦੇਸ਼ ਵਿੱਚ ਹੋਣ ਚਾਹੇ ਵਿਦੇਸ਼ ਵਿੱਚ ਹੋਣ। ਬਾਬਾ ਸਾਹਿਬ ਨੇ ਕਿਹਾ ਸੀਗਾ ਕਿ ਜਿੱਥੇ ਵੀ ਤੁਸੀਂ ਚਲ ਜਾਓ ਆਪਣੀ ਕਮਾਈ ਦਾ ਪੰਜਵਾਂ ਹਿੱਸਾ ਤੁਸੀਂ ਜ਼ਰੂਰ ਮਿਸ਼ਨ ਦੇ ਵਿੱਚ ਪਾਉਣਾ ਹੈ। ਔਰ ਕੁਲਜੀਤ ਰਾਣਾ ਜੀ ਕਮਾਈ ਦਾ ਤਾਂ ਹਿੱਸਾ ਪਾਉਂਦੇ ਹਨ, ਔਰ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਤੇ ਹਮੇਸ਼ਾ ਤਤਪਰ ਵੀ ਰਹਿੰਦੇ ਹਨ। ਸੋ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਕੁਲਜੀਤ ਰਾਣਾ ਜੀ, ਏਕ ਕਦਮ ਪਰਿਵਰਤਨ ਕੀ ਟੀਮ ਵੱਲੋਂ ਆਪ ਜੀ ਦਾ ਸਵਾਗਤ ਹੈ। ਭਾਜੀ ਬਹੁਤ ਬਹੁਤ ਧੰਨਵਾਦ ਜੀ। ਜੈ ਭੀਮ, ਜੈ ਭਾਰਤ। ਪਰਿਵਰਤਨ ਟੀਮ ਦਾ ਮੈਂ ਬਹੁਤ ਧੰਨਵਾਦੀ ਹਾਂ ਜੀ, ਜਿਨ੍ਹਾਂ ਨੇ ਇਸ ਪਲੇਟਫਾਰਮ ਤੇ ਆ ਕੇ ਸਾਥੀਆਂ ਨਾਲ ਦੁਨੀਆ ਦੇ ਹਰ ਹਿੱਸੇ ਵਿੱਚ ਵੱਸਦੇ ਸਾਡੇ ਅੰਬੇਡਕਰੀ ਸਾਥੀਆਂ ਦਾ ਉਹਨਾਂ ਨਾਲ ਮੁਲਾਕਾਤ ਕਰਵਾਉਣ ਦਾ ਵਕਤ ਦਿੱਤਾ ਹੈ। ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਬਹੁਤ ਬਹੁਤ ਸਾਰਿਆਂ ਨੂੰ ਜੈ ਭੀਮ। ਹਾਂਜੀ ਸਰ, ਮੈਂ ਇਹ ਜਾਣਨਾ ਚਾਹਨਾ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਇੰਡੀਆ ਦੇ ਵਿੱਚ ਪ੍ਰਗਤੀ ਕਲਾ ਕੇਂਦਰ ਦੇ ਮੰਚ ਉੱਪਰ ਕੰਮ ਕਰਦੇ ਸੀਗੇ, ਔਰ ਇਹ ਅਸੀਂ ਜਾਣਨਾ ਚਾਹੁੰਦੇ ਕਿ ਕਿਹੜੀਆਂ ਜ਼ਿੰਮੇਵਾਰੀਆਂ ਤੁਹਾਨੂੰ ਸੰਭਾਲੀਆਂ ਹੋਈਆਂ ਸਨ? ਮੈਂ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਟੀਮ ਦਾ ਕਲਾ ਕਰ ਰਿਹਾ ਹਾਂ, ਪਰ ਜਿਹੜੀ ਮੇਰੀ ਵਿਧਾ ਪ੍ਰਗਤੀ ਕਲਾ ਕੇਂਦਰ ਦੇ ਵਿੱਚ ਐਜ਼ ਏ ਮੈਂਬਰ ਉਹ ਫਾਈਨ ਆਰਟਸ ਹੋਈ ਸੀਗੀ, ਤੇ ਮੇਰੀ ਜਿਹੜੀ ਪੜ੍ਹੀ ਉਹ ਡਿਪਲੋਮਾ ਆਰਟ ਐਂਡ ਕਰਾਫਟ ਦਾ ਆ, ਉਸ ਤੋਂ ਬਾਅਦ ਫੇ ਫਾਈਨ ਆਰਟ ਤੇ ਐਮ ਐਫ ਏ ਫਾਈਨ ਆਰਟਸ ਆ। ਉਹ ਸਾਰੀ ਜਿਹੜੀ ਵਿਧਾ ਜਿਹੜੀ ਆ ਉਹ ਚਿੱਤਰਕਲਾ ਦੇ ਮੀਆਂ ਜੀ ਜਿਹੜੀ ਆ ਉਹ ਇਸ ਵਿਧਾ ਨੂੰ ਅੱਗੇ ਲਿਜਾਣ ਦੀ, ਜਿਹਦੇ ਵਿੱਚ ਸਾਡੇ ਮਹਾਂਪੁਰਸ਼ਾਂ ਨੂੰ ਚਿਤਰਨ ਦਾ ਔਰ ਹਾਸ਼ੀਏ ਤੋਂ ਅਲੱਗ ਕੀਤੇ ਹੋਏ ਲੋਕਾਂ ਨੂੰ ਉਸ ਕਲਾ ਦੇ ਰਾਹੀਂ, ਰੰਗਾਂ ਦੇ ਰਾਹੀਂ, ਲਾਈਨਾਂ ਰਾਹੀਂ ਲੋਕਾਂ ਦੇ ਸਨਮੁਖ ਕਰਨ ਦਾ ਜਿਹੜਾ ਆ ਮੇਰੀ ਜ਼ਿੰਮੇਵਾਰੀ ਅੱਜ ਵੀ ਲੱਗੀ ਹੋਈ ਆ। ਮੈਂ ਇੱਥੇ ਕੈਨੇਡਾ ਦੇ ਵਿੱਚ 6 ਸਾਲ ਤੋਂ ਰਹਿ ਰਿਹਾ, ਇੱਥੇ ਵੀ ਉਹੀ ਲਗਾਤਾਰਤਾ ਬਣਾਈ ਹੋਈ ਆ ਤੇ ਮਿਸ਼ਨ ਦੇ ਵਿੱਚ ਆਪਣਾ ਬਣਦਾ ਯੋਗਦਾਨ ਟੀਮ ਦੀਆਂ ਗਤੀਵਿਧੀਆਂ ਦੇ ਵਿੱਚ ਆਪਣਾ ਬਣਦਾ ਯੋਗਦਾਨ ਮੈਂ ਇੱਥੇ ਬੈਠਾ ਵੀ ਪਾ ਰਿਹਾ ਜੀ। ਬਹੁਤ ਭਾਜੀ ਵਧੀਆ, ਬਹੁਤ ਵਧੀਆ। ਸੋ ਜਿਸ ਤਰ੍ਹਾਂ ਤੁਸੀਂ ਕੈਨੇਡਾ ਦੇ ਵਿੱਚ ਹੋ ਤੇ ਹਾਂਜੀ ਮੈਨੂੰ ਪਤਾ ਲੱਗਾ ਸੀਗਾ ਕਿ ਤੁਸੀਂ ਬਹੁਜਨ ਮਹਾਂਪੁਰਸ਼ ਜਿਹੜੇ ਹੈਗੇ ਆ ਤੇ ਬਹੁਜਨ ਮੂਲ ਨਿਵਾਸੀ ਮਹਾਂਪੁਰਸ਼ ਕਹਿ ਲਓ, ਉਹਨਾਂ ਦੇ ਉੱਪਰ ਵੀ ਤੁਸੀਂ ਜੀ ਚਿੱਤਰਕਲਾ ਤੇ ਕੰਮ ਕੀਤਾ ਹੈਗਾ? ਹਾਂਜੀ ਮੇਰੀ ਇੱਕ ਚਿੱਤਰਕਲਾ ਪ੍ਰਦਰਸ਼ਨੀ ਜਿਹੜੀ ਆ ਮੇਰੀ ਆਪਣੀ ਇਕੱਲੇ ਦੀ, ਉਹਨੂੰ ਸੋਲੋ ਐਗਜੀਬਿਸ਼ਨ ਕਹਿੰਦੇ ਆ ਕਲਾ ਦੀ ਵਿਧਾ ਵਿੱਚ, ਤੇ ਉਹ ਐਗਜੀਬਿਸ਼ਨ ਜਿਹੜੀ ਆ ਮੈਂ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਬਿਊਕਸ ਆਰਟ ਬ੍ਰੈਂਪਟਨ ਜਿਹੜੀ ਆ ਡਾਊਨਟਾਊਨ ਬ੍ਰੈਂਪਟਨ ਦੇ ਵਿੱਚ ਗੈਲਰੀ ਆ ਉਹਦਾ ਮੈਂ ਮੈਂਬਰ ਵੀ ਹਾਂ ਅੱਜ ਵੀ, ਤੇ ਉਹਨਾਂ ਨੇ ਮੇਰੇ ਪ੍ਰਪੋਜ਼ਲ ਨੂੰ ਐਕਸੈਪਟ ਕੀਤਾ, ਤੇ ਜਿਹਦੇ ਵਿੱਚ ਸਾਡੇ ਰਹਿਬਰ ਮਹਾਂਪੁਰਸ਼ ਆ ਜਿਹੜੇ ਕਿ ਜਿਨ੍ਹਾਂ ਨੇ ਸਮਾਜ ਦੇ ਲਈ ਕੰਮ ਕੀਤਾ ਔਰ ਉਹਨਾਂ ਦੇ ਚਿੱਤਰਾਂ ਨੂੰ ਮੈਂ ਉੱਥੇ ਪ੍ਰਦਰਸ਼ਿਤ ਕੀਤਾ, ਜਿਹੜਾ ਕਿ 1 ਮਹੀਨਾ ਲਗਾਤਾਰ ਲੱਗੀ ਰਹੀ। ਉਹਦੀ ਬੜੀ ਕਵਰੇਜ ਵੀ ਹੋਈ ਔਰ ਗੈਲਰੀ ਦੇ ਡਾਇਰੈਕਟਰ ਨੇ ਮੇਰੇ ਨਾਲ ਸਪੈਸ਼ਲ ਇੰਟਰਵਿਊ ਵੀ ਕੀਤੀ ਸੀ ਉਹਨਾਂ ਰਹਿਬਰ ਔਰ ਮਹਾਂਪੁਰਸ਼ਾਂ ਦੇ ਵਿਸ਼ਾ ਵਸਤੂ ਉੱਤੇ।
ਔਰ ਇੱਕ ਚਿੱਤਰ ਜਿਹੜਾ ਆ ਮੇਰਾ ਵਿਰਸਾ ਮੁੰਡਾ ਦਾ, ਉਹ ਉੱਥੇ ਦੀ ਇੱਕ ਕੁਰੇਟਰ ਜਿਹੜੀ ਆ ਗੈਲਰੀ ਓਨਰ ਆ ਉਹਨਾਂ ਨੇ ਖਰੀਦਿਆ ਵੀ ਸੀ, ਜਿਹੜਾ ਕਿ ਮੇਰੇ ਲਈ ਬਹੁਤ ਵਧੀਆ ਜਿਹੜਾ ਉਸ ਵੇਲੇ ਮੈਨੂੰ ਹੁੰਗਾਰਾ ਮਿਲਿਆ। ਤੇ ਉਹਦੇ ਵਿੱਚ 20 ਤੋਂ 25 ਜਿਹੜੇ ਚਿੱਤਰ ਆ ਉਹ ਸਾਡੇ ਰਹਿਬਰ ਮਹਾਂਪੁਰਸ਼ਾਂ ਦੇ ਮੈਂ ਪ੍ਰਦਰਸ਼ਿਤ ਕੀਤੇ ਸੀ। ਕਹਿਣ ਦਾ ਮਤਲਬ ਕਿ 25 ਮੂਲ ਵਾਸੀ ਮਹਾਪੁਰਸ਼ਾਂ ਦੇ ਜਿਹੜੇ ਚਿੱਤਰ ਆ ਤੁਸੀਂ ਉੱਥੇ ਮਤਲਬ ਕਿ ਹਾਂਜੀ ਪ੍ਰਦਰਸ਼ਨੀ ਲਾਈ ਆ। ਹਾਂ ਹਾਂਜੀ, ਉਹਦੇ ਵਿੱਚ ਲਾਲ ਸਿੰਘ ਦੇ ਲਿਆ, ਗੁਰਦਾਸ ਰਾਮ ਆਲਮ ਸੀ, ਪੈਰੀਅਰ ਸਵਾਮੀ ਸੀ, ਬਾਬਾ ਸਾਹਿਬ ਅੰਬੇਡਕਰ ਦੇ ਦੋ ਚਿੱਤਰ, ਉਹਨਾਂ ਦੇ ਦੋ ਚਿੱਤਰ ਸੀ, ਮਹਾਤਮਾ ਬੁੱਧ ਜੀ ਦੇ ਦੋ ਚਿੱਤਰ ਸੀ, ਉਸ ਤੋਂ ਬਾਅਦ ਜਿਹੜੇ ਬਾਬਾ ਮੰਗੂ ਰਾਮ ਮੋਗੋਵਾਲੀਆ ਜੀ, ਹੋਰ ਵੀ ਬਹੁਤ ਸਾਰੇ ਉਹਨਾਂ ਚਿੱਤਰ ਵਿੱਚ ਸ਼ਾਮਿਲ ਕੀਤੇ ਸੀਗੇ, ਕਿ ਜਿਹੜੇ ਆਲਰੇਡੀ ਜਿੱਦਾਂ ਸੰਤਰਾਮ ਉਦਾਸੀ ਆ ਉਹਨਾਂ ਦੇ ਦੋ ਚਿੱਤਰ ਸੀ, ਤੇ ਮਤਲਬ ਬਹੁਤ ਸਾਰੇ ਜਿਹੜੇ ਚਿੱਤਰ ਮੈਂ ਉਹਦੇ ਵਿੱਚ ਇੰਕਲੂਡ ਕੀਤੇ ਸੀ। ਜੀ 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 ਤੇ ਇਹ ਤੋਂ ਇਲਾਵਾ ਹਾਂਜੀ ਤੁਸੀਂ ਇੰਡੀਆ ਦੇ ਵਿੱਚ ਕਿ ਇੱਕ ਜਿਹੜੇ ਮੋਹਨ ਲਾਲ ਫਲੋਰੀਆ ਜੀ ਦੀ ਇੱਕ ਮਤਲਬ ਕਿ ਇੱਕ ਨਾਵਲ ਸੀਗਾ ਉਹਨਾਂ ਦਾ, ਇੱਕ ਕਹਾਣੀ ਸੀ ਮੋਚੀ ਦਾ ਪੁੱਤਰ, ਹਾਂਜੀ ਹਾਂਜੀ ਉਹਦੇ ਵਿੱਚ ਵੀ ਤੁਸੀਂ ਕੰਮ ਕੀਤਾ ਜੀ? ਉਹਦੇ ਵਿੱਚ ਮੇਰਾ ਇੱਕ ਬਹੁਤ ਛੋਟਾ ਜਿਹਾ ਹੀ ਰੋਲ ਹੈ, ਪਰ ਉਸ ਜਿਹੜੀ ਕਾਸਟਿੰਗ ਟੀਮ ਸੀਗੀ ਜਾਂ ਫਿਰ ਉਸ ਵੇਲੇ ਡਾਇਰੈਕਟਰ ਟੀਮ ਸੀਗੀ, ਉਹ ਜਿਹੜੀ ਉਸ ਵੇਲੇ ਪੂਰੀ ਫਿਲਮ ਬਣੀ ਮੈਂ ਨਾਲ ਹੀ ਸੀਗਾ, ਉਸ ਵੇਲੇ ਮੈਂ ਡਿਪਲੋਮਾ ਕਰ ਰਿਹਾ ਸੀਗਾ ਨਵੇਂ ਸ਼ਹਿਰ ਦੇ ਵਿੱਚ ਡਰਾਇੰਗ ਟੀਚਰ ਦਾ, ਤੇ ਮੈਂ ਸਕ੍ਰਿਪਟ ਜਿਹੜੀ ਉਹ ਪੜ੍ਹ ਕੇ ਕਲਾਕਾਰਾਂ ਨੂੰ ਸੁਣਾਉਂਦਾ ਸੀਗਾ, ਤੇ ਉਹ ਸਾਡੀ ਟੀਮ ਦੀ ਜਿਹੜੀ ਪ੍ਰਕਾਸ਼ ਪ੍ਰੋਡਕਸ਼ਨ ਸੀਗੀ, ਜਿਹਦੇ ਵਿੱਚ ਮੋਹਨ ਲਾਲ ਫਲੋਰੀਆ ਜੀ ਸਾਡੇ ਸਾਹਿਤਕਾਰ ਆ ਪੰਜਾਬੀ ਦੇ, ਤੇ ਉਹਨਾਂ ਦੀ ਕਹਾਣੀ ਤੇ ਆਧਾਰ ਸੀ ਮੋਚੀ ਦਾ ਪੁੱਤ, ਜਿਹੜੀ ਕਿ ਟੀਮ ਦੇ ਕਲਾਕਾਰਾਂ ਜਿਹੜੇ ਸੀਨੀਅਰ ਕਲਾਕਾਰ ਸੀ ਉਹ ਵੀ ਉਹਦੇ ਵਿੱਚ ਇਨਕਲੂਡ ਸੀਗੇ, ਤੇ ਉਹ ਫਿਲਮ ਜਿਹੜੀ ਆ ਯੂਟਿਊਬ ਤੇ ਅੱਜ ਵੀ ਪਈ ਹੋਈ ਆ, ਤੁਸੀਂ ਉਹਨੂੰ ਜਾ ਕੇ ਦੇਖ ਸਕਦੇ ਆ। ਠੀਕ ਹੈ ਜੀ। ਤੇ ਜਦੋਂ ਹਾਂਜੀ ਤੁਸੀਂ ਪ੍ਰਦਰਸ਼ਨੀ ਕੈਨੇਡਾ ਦੇ ਵਿੱਚ ਲਾਈ ਜੀ, ਤਾਂ ਉੱਥੇ ਫਿਰ ਜਿਹੜੇ ਆ ਕੈਨੇਡੀਅਨ ਲੋਕ ਜਿਹੜੇ ਉੱਥੇ ਦੇ ਜੰਮਪਲ ਸੀ, ਮਤਲਬ ਜਿਹੜੇ ਉੱਥੇ ਦੇ ਬਛਿੰਦੇ ਸੀਗੇ, ਉਹ ਵੀ ਦੇਖਣ ਆਏ? ਹਾਂਜੀ, ਕਿਉਂਕਿ ਇੱਥੇ ਐਗਜੀਬਿਸ਼ਨ 1 ਮਹੀਨਾ ਚੱਲੀ ਆ, ਉਹਦੇ ਵਿੱਚ ਮੇਰੀ ਇੱਕ ਇੰਟਰਵਿਊ ਜਿਹੜੀ ਆ ਉਹ ਚੜ੍ਹਦੀ ਕਲਾ ਟੀਵੀ ਤੇ ਵੀ ਹੋਈ ਆ, ਉਸ ਤੋਂ ਬਾਅਦ ਇੱਕ ਇੰਟਰਵਿਊ ਮੇਰੀ ਪ੍ਰਾਈਮ ਏਸ਼ੀਆ ਤੇ ਵੀ ਹੋਈ ਆ, ਉਸ ਤੋਂ ਬਾਅਦ ਇੱਕ ਉੱਥੇ ਦੀ ਜਿਹੜੀ ਆਰਟ ਨਿਊਜ਼ ਜਿਹੜੀ ਆ ਅਖਬਾਰ ਹੈ ਉਹਦੇ ਵਿੱਚ ਵੀ ਮੇਰੀ ਇੰਟਰਵਿਊ ਛਪੀ ਸੀਗੀ, ਉੱਥੇ ਦੀ ਡਾਇਰੈਕਟਰ ਨੇ ਦੂਜਾ ਕੀਤਾ ਸੀਗਾ, ਔਰ ਉਸ ਤੋਂ ਬਾਅਦ ਵੀ ਜਦੋਂ ਇਨੋਗਰੇਸ਼ਨ ਹੋਇਆ ਤੇ ਬਹੁਤ ਸਾਰੇ ਆਰਟਿਸਟ ਔਰ ਆਸ-ਪਾਸ ਦੇ ਲੋਕਲ ਜਿਹੜੇ ਕਲਾ ਦੇ ਜਿਹੜੇ ਦਰਸ਼ਕ ਹੁੰਦੇ ਆ ਜਿਹੜੇ ਕਲਾ ਨੂੰ ਪਸੰਦ ਕਰਦੇ ਆ ਉਹ ਵੀ ਆਏ, ਉਹਨਾਂ ਨੇ ਵੀ ਮੈਨੂੰ ਹੁੰਗਾਰਾ ਦਿੱਤਾ, ਕਿਉਂਕਿ ਮਹੀਨਾ ਇੱਕ ਚੱਲੀ ਆ ਮੈਂ ਕੰਮ ਤੇ ਹੁੰਦਾ ਸੀਗਾ, ਕੰਮ ਤੇ ਹੋਣ ਕਰਕੇ ਮੈਂ ਹਮੇਸ਼ਾ ਸ਼ਾਮ ਨੂੰ ਹੀ ਅਵੇਲੇਬਲ ਹੁੰਦਾ ਸੀ, ਪਰ ਉਹਦੇ ਬਾਵਜੂਦ ਵੀ ਮੈਨੂੰ ਕਾਲ ਤੇ ਉਸ ਤੋਂ ਬਾਅਦ ਮੈਨੂੰ ਮੇਰਾ ਰਜਿਸਟਰ ਉੱਥੇ ਰੱਖਿਆ ਸੀਗਾ ਉਹਦੇ ਉੱਤੇ ਵੀ ਜਿਹੜੇ ਆ ਕਮੈਂਟ ਆਏ ਜਿਨ੍ਹਾਂ ਮੈਨੂੰ ਉਹਨਾਂ ਨੇ ਮਤਲਬ ਹੌਸਲਾ ਬੁਝਾਈ ਦਿੱਤੀ ਆ ਕਿ ਤੁਹਾਡਾ ਜਿਹੜਾ ਕੰਮ ਆ ਉਹ ਕੈਨੇਡਾ ਦੇ ਵਿੱਚ ਮਤਲਬ ਪਹਿਲੀ ਵਾਰ ਹੋਇਆ ਜਾਂ ਬਹੁਤ ਵਧੀਆ, ਜਿਹੜਾ ਅਸੀਂ ਇਦਾਂ ਦਾ ਕਦੇ ਦੇਖਿਆ ਨਹੀਂਗਾ, ਕਿਉਂਕਿ ਮੋਸਟਲੀ ਜਿਹੜੇ ਵਾਤਾਵਰਣ ਨਾਲ ਸੰਬੰਧਿਤ ਹੀ ਚਿੱਤਰ ਜਿਹੜੇ ਆ ਉੱਥੇ ਪ੍ਰਦਰਸ਼ਿਤ ਹੁੰਦੇ ਸੀਗੇ, ਪਰ ਕਿਉਂਕਿ ਇੱਕ ਜਦੋਂ ਸ਼ਖਸੀਅਤ ਨਾਲ ਅਸੀਂ ਇੰਟਰੋਡਿਊਸ ਹੁੰਦੇ ਹਾਂ, ਜਦੋਂ ਅਸੀਂ ਕਿਸੇ ਸ਼ਖਸੀਅਤ ਦਾ ਚਿੱਤਰ ਬਣਾਉਂਦੇ ਹਾਂ ਤਾਂ ਫਿਰ ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਉਹ ਜਾਣਨ ਦੀ ਇੱਛਾ ਜਿਹੜੀ ਆ ਉਹ ਹਰ ਇੱਕ ਨੂੰ ਹੁੰਦੀ ਆ, ਕਿਉਂਕਿ ਉਹ ਜਿਹੜੀ ਬਾਇਓਗ੍ਰਾਫੀ ਆ ਇੱਕ ਕਿਤਾਬ ਨੂੰ ਪੜ੍ਹ ਲੈਣਾ, ਇੱਕ ਚਿੱਤਰ ਨੂੰ ਪੜ੍ਹ ਲੈਣਾ,
ਅਸੀਂ ਉਸ ਨਾਲ ਜਿਹੜੇ ਆ ਇੰਟੈਕਟ ਹੋ ਜਾਂਦੇ ਹਾਂ, ਬਿਲਕੁਲ ਉਹਦੇ ਨਾਲ ਅਸੀਂ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ। ਤੇ ਜਿੱਦਾਂ ਹੁਣ ਉਹਦੇ ਵਿੱਚ ਸੰਤ ਰਾਮ ਉਦਾਸੀ ਸੀ, ਬਿਰਸਾ ਮੁੰਡਾ ਸੀ, ਗੁਰਦਾਸ ਰਾਮ ਆਲਮ ਸੀ, ਕਿਉਂਕਿ ਉਹਦੇ ਵਿੱਚ ਪੋਇਟ ਵੀ ਮੈਂ ਸ਼ਾਮਿਲ ਕੀਤੇ ਹੋਏ ਸੀਗੇ ਜਿਹੜੇ ਸਾਡੇ ਪ੍ਰੋਗਰੈਸਿਵ ਪੋਇਟ ਸੀਗੇ। ਤੇ ਉਹਨਾਂ ਬਾਰੇ ਜਦੋਂ ਉਹ ਪੜ੍ਹਦੇ ਆ ਫਿਰ ਤੁਹਾਡੀ ਸ਼ਖੀਅਤ ਬਾਰੇ ਵੀ ਜਾਣਨਾ ਚਾਹੁੰਦੇ ਆ। ਸੋ ਮਤਲਬ ਬੜਾ ਵਧੀਆ ਮੇਰਾ ਜਿਹੜਾ ਐਕਸਪੀਰੀਅੰਸ ਉਹ ਰਿਹਾ, ਮੇਰੇ ਨਾਲ ਇੰਟਰਕਨੈਕਟਡ ਜਿਹੜੇ ਆ ਆਰਟਿਸਟ ਹੋ ਗਏ ਮੇਰੇ ਨਾਲ, ਉਹ ਮੇਰੇ ਨਾਲ ਮੇਰੇ ਅੱਜ ਵੀ ਦੋਸਤ ਆ। ਮੈਨੂੰ ਅੱਜ ਵੀ ਜਦੋਂ ਮੈਂ ਚਿੱਤਰ ਕੋਈ ਫੇਸਬੁੱਕ ਤੇ ਵੀ ਪਾਉਂਦਾ ਆ ਤਾਂ ਉਹ ਜਿਹੜਾ ਕਮੈਂਟ ਕਾਨੂੰ ਰਹਿੰਦੇ ਨਹੀਂ। ਹਾਂਜੀ ਭਾਜੀ ਬਹੁਤ ਵਧੀਆ। ਜੀ ਤੇ ਰਾਣਾ ਸਾਹਿਬ, ਇੱਕ ਗੱਲ ਮੈਂ ਹੋਰ ਤੁਹਾਨੂੰ ਪੁੱਛਣੀ ਚਾਹੁੰਦਾ ਕਿ ਜਿਹੜੇ ਇਹ ਤੁਸੀਂ ਚਿੱਤਰ ਬਣਾਏ ਆ, ਪੇਂਟਿੰਗ ਕੀਤੀ ਆ, ਹਾਂਜੀ ਪੇਂਟਿੰਗ, ਜੀ ਮਿਸਾਲ ਦੇ ਤੌਰ ਤੇ ਜਿੱਦਾਂ ਬਿਰਸਾ ਮੁੰਡਾ ਜੀ ਜਾਂ ਭਗਵਾਨ ਬੁੱਧ ਜੀ, ਕੋਈ ਵੀ ਹਾਂਜੀ ਚਿੱਤਰ ਬਣਾਇਆ, ਉਹ ਸਮੇਂ ਦੀਆਂ ਸਥਿਤੀਆਂ ਦੇ ਮੁਤਾਬਕ ਕਿੱਦਾਂ ਦੇ ਉਹ ਕੱਪੜੇ ਪਾਉਂਦੇ ਸੀ, ਕਿੱਦਾਂ ਦਾ ਉਹ ਸਮਾਂ ਸੀਗਾ ਨਾ। ਹਾਂਜੀ ਤੇ ਹੁੰਦਾ ਕੀ ਹੈਗਾ ਕਿ ਕਈ ਵੇਲੇ ਕੀ ਹੁੰਦਾ, ਜਿਹੜੇ ਚਿੱਤਰ ਬਣਾਉਂਦੇ ਪੇਂਟਿੰਗ ਕਰਦੇ ਹੈਗੇ ਆ, ਮਿਸਾਲ ਦੇ ਹਾਂਜੀ ਤੌਰ ਤੇ ਗੁਰੂ ਰਵਿਦਾਸ ਜੀ ਦਾ, ਮਹਾਰਾਜ ਦਾ ਜਿਹੜਾ ਸਮਾਂ ਸੀਗਾ, ਉਹ ਦੇਖ ਲਓ ਕਿੰਨਾ ਹਾਂਜੀ ਭਿਆਨਕ ਸਮਾਂ ਸੀਗਾ, ਠੀਕ ਹੈ ਨਾ। ਉਹ ਕਿਰਤ ਕਰਦੇ ਜੀ ਸੀ, ਪਰ ਜਦੋਂ ਅੱਜ ਉਹਨਾਂ ਦਾ ਚਿੱਤਰ ਦਿਖਾਇਆ ਜਾਂਦਾ, ਜਿੱਦਾਂ ਉਹ ਸਿੰਘਾਸਨ ਤੇ ਬੈਠੇ ਆ, ਉਹਨਾਂ ਦੇ ਹਾਂਜੀ ਕੱਪੜੇ ਦੇਖੋ, ਮਤਲਬ ਕਿ ਦਿਖਾਉਣਾ ਜੀ ਤਾਂ ਜੀ ਇਹ ਚਾਹੀਦਾ ਸੀਗਾ ਕਿ ਕਿੱਦਾਂ ਉਹ ਪੈਦਲ ਚੱਲਦਿਆਂ ਦੀਆਂ, ਲੋਕਾਂ ਵਿੱਚ ਵਿਚਾਰ ਕਰਦਿਆਂ ਦੀਆਂ, ਜਿਸ ਤਰ੍ਹਾਂ ਲੋਕਾਂ ਵਿੱਚ ਹਾਂਜੀ ਜਾਗਰਤੀ ਲਿਆ ਰਹੇ, ਇਦਾਂ ਦੇ ਚਿੱਤਰ ਚਾਹੀਦੇ ਸੀਗੇ, ਜਾਂ ਕਿਰਤ ਕਰਦਿਆਂ ਜੀ ਦੀਆਂ ਕਿਸ ਤਰ੍ਹਾਂ ਚੱਲ ਰਹੇ ਹਾਂਜੀ ਸੀਗੇ। ਇਹ ਜਿਹੜੀਆਂ ਚੀਜ਼ਾਂ ਬਹੁਤ ਪ੍ਰਭਾਵਿਤ ਕਰਦੀਆਂ, ਜਿਹੜੇ ਤੁਸੀਂ ਪੇਂਟਿੰਗ ਕੀਤੀ ਆ, ਜਿੱਦਾਂ ਬਿਰਸਾ ਮੁੰਡਾ ਜੀ ਦਾ, ਉਹ ਹੂ ਬਹੂ ਹਾਂਜੀ ਸਮੇਂ ਦੇ ਮੁਤਾਬਕ ਕੀਤੀ ਹੈਗੀ ਆ। ਮਿਸਾਲ ਦੇ ਤੌਰ ਤੇ ਉਹਨਾਂ ਨੂੰ ਜੇਲ੍ਹ ਵਿੱਚ ਵੀ ਸੱਟਿਆ ਗਿਆ, ਕਿੰਨੀਆਂ ਉਹਨਾਂ ਨੂੰ ਹਾਂਜੀ ਦੁੱਖਾਂ ਤਕਲੀਫਾਂ ਵੀ ਆਈਆਂ, ਇਹਦੇ ਬਾਰੇ ਚਾਨਣਾ ਜੀ ਪਾਓ। ਜੀ ਮੇਰਾ ਜੀ ਪੇਂਟਿੰਗ ਕਰਨ ਦਾ ਇੱਕ ਜਿਹੜਾ ਸ਼ੈਲੀ ਹੈ ਮੇਰੀ ਪੇਂਟਿੰਗ ਕਰਨ ਦੀ, ਉਹ ਬਾਕੀ ਚਿੱਤਰਕਾਰਾਂ ਨਾਲੋਂ ਵੱਖਰੀ ਇਸ ਤਰ੍ਹਾਂ ਆ ਕਿ ਮੈਂ ਬਿਲਕੁਲ ਹੂਬਹੂ ਕੋਈ ਚਿੱਤਰ ਜਿਹੜਾ ਆਲਰੇਡੀ ਹੈਗਾ, ਜਿੱਦਾਂ ਤੁਸੀਂ ਗੁਰੂ ਰਵਿਦਾਸ ਜੀ ਦੀ ਗੱਲ ਕੀਤੀ ਆ, ਗੁਰੂ ਨਾਨਕ ਦੇਵ ਜੀ ਦੀ ਗੱਲ ਕੀਤੀ ਆ, ਜਾਂ ਬਾਬਾ ਸਾਹਿਬ ਅੰਬੇਡਕਰ ਜੀ ਦੀ ਗੱਲ ਕੀਤੀ ਆ, ਤੇ ਮੈਂ ਉਹਨਾਂ ਚਿੱਤਰਾਂ ਨੂੰ ਆਪਣੇ ਤਰੀਕੇ ਨਾਲ ਬਣਾਉਣ ਦੀ ਕੋਸ਼ਿਸ਼ ਕਰਦਾ। ਜਿੱਦਾਂ ਮੈਂ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਕਿਤਾਬਾਂ ਵਾਲਾ ਅੰਬੇਡਕਰ ਬਣਾਇਆ, ਭਗਤ ਸਿੰਘ ਨੂੰ ਮੈਂ ਕਿਤਾਬਾਂ ਵਾਲਾ ਭਗਤ ਸਿੰਘ ਬਣਾਇਆ, ਬਿਰਸਾ ਮੁੰਡਾ ਜੀ ਲਈ ਮੈਂ ਉਸ ਵੇਲੇ ਦੀ ਜਿਹੜੀ ਜਿਹੜੇ ਇੰਡਸ ਵੈਲੀ ਆ ਉਹਦੇ ਜਿਹੜੇ ਸਿੰਬਲ ਸੀਗੇ ਉਹਨਾਂ ਦੇ ਨਾਲ ਦਰਸਾਇਆ, ਉਹ ਜੀ ਇੰਡਸ ਜੀ ਵੈਲੀ ਦੀ ਜਿਹੜੀ ਭਾਸ਼ਾ ਆ ਜਿਹੜੀ ਪੜ੍ਹੀ ਨਹੀਂ ਗਈ ਉਹਨਾਂ ਉਹਦੇ ਰਾਹੀਂ ਮੈਂ ਉਹ ਚਿੱਤਰ ਬਣਾਇਆ ਹੋਇਆ ਆ। ਉਹਦੇ ਵਿੱਚ ਉਹ ਜਿਹੜੇ ਸਾਈਨ ਔਰ ਸਿੰਬਲ ਆ ਉਹਨਾਂ ਨੂੰ ਮੈਂ ਉਕਰਾਇਆ ਹੋਇਆ, ਤੇ ਉਹ ਜਦੋਂ ਆਪਾਂ ਚਿੱਤਰ ਮਤਲਬ ਦੇਖਦੇ ਹਾਂ ਤੇ ਸਾਨੂੰ ਪਤਾ ਲੱਗਦਾ ਆ ਕਿ ਜਦੋਂ ਉਹਦੇ ਕਲੋਜ਼ ਜਾ ਕੇ ਉਹਦੇ ਨਾਲ ਇੰਟਰੋਡਿਊਸ ਹੁੰਦੇ ਆ ਜਦੋਂ ਅਸੀਂ ਉਹਨੂੰ ਪੜ੍ਹਦੇ ਆ, ਤੇ ਮੈਂ ਇਦਾਂ ਚਿੱਤਰ ਬਣਾਉਣ ਦੀ ਕੋਸ਼ਿਸ਼ ਕਰਦਾ। ਜਿੱਦਾਂ ਸੰਤ ਰਾਮ ਉਦਾਸੀ ਜੀ ਦਾ ਮੈਂ ਚਿੱਤਰ ਬਣਾਉਂਦਾ ਤਾਂ ਮੈਂ ਉਹਨਾਂ ਦੀ ਕਵਿਤਾ ਲਿਖਦਾ ਆ, ਫਿਰ ਉਹਨਾਂ ਦੇ ਲੇਖਣੀ ਨੂੰ ਇੱਕ ਪੈਨ ਰਾਹੀਂ ਦਰਸਾਉਂਦਾ ਆ, ਫਿਰ ਉਹਦੇ ਵਿੱਚ ਉਹ ਝਾੜੂ ਦੀ ਗੱਲ ਕਰਦੇ ਆ, ਫਿਰ ਉਹ ਉਹਨਾਂ ਕਾਮਗਾਰਾਂ ਦੀ ਗੱਲ ਕਰਦੇ ਆ ਜਿਹੜੇ ਮਤਲਬ ਕਿਤੇ 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 ਜਿਹੜੇ ਨਾਲ ਜੁੜੇ ਹੋਏ ਲੋਕ ਆ ਉਹਨਾਂ ਦੀ ਸੰਘਰਸ਼ਾਂ ਦੀ ਗੱਲ ਕਰਦੇ ਆ। ਮੈਂ ਉਹ ਪੈਨ ਦੇ ਵਿੱਚ ਦਾਤੀ, ਫੋੜਾ, ਝਾੜੂ, ਠੀਕ ਹੈ ਜੀ, ਮਤਲਬ ਉਹਨਾਂ ਨੂੰ ਦਰਸਾਇਆ ਹੋਇਆ। ਤੋ ਜਦੋਂ ਤੁਸੀਂ ਮੇਰੇ ਵੈਰੀ ਗੁੱਡ, ਚਿੱਤਰਾਂ ਨੂੰ ਦੇਖੋਗੇ ਤਾਂ ਮੇਰੇ ਦੋ ਜਿਹੜੇ ਚਿੱਤਰ ਜਿਹੜੇ ਦੋ ਚਿੱਤਰਾਂ ਦੀਆਂ ਕਿਤਾਬਾਂ ਜਿਹੜੀਆਂ ਆ ਕੈਟਲੌਗ ਜਿਹੜੇ ਆ ਉਹ ਪ੍ਰਗਤੀ ਕਲਾ ਕੇਂਦਰ ਦੀ ਪ੍ਰਕਾਸ਼ਨਾ ਹੇਠ ਪਿਛਲੇ ਸਾਲ ਜਿਹੜਾ ਰੰਗਾਂ ਦੀ ਅਵਾਰਤ ਰੰਗ ਬੋਲਦੇ ਹਨ, ਔਰ ਉਸ ਤੋਂ ਪਿਛਲੇ ਸਾਲ ਮੇਰੀ ਜਿਹੜੀ ਹੈ ਰੰਗ ਜਦੋਂ ਰੰਗ ਖੋਲਦੇ ਹਨ, ਤੇ ਉਹ ਦੋ ਚਿੱਤਰ ਜਿਹੜੇ ਦੋ ਚਿੱਤਰਾਂ ਦੀਆਂ ਕਿਤਾਬਾਂ ਦੇ ਵਿੱਚ ਪਹਿਲੀ ਕਿਤਾਬ ਦੇ ਵਿੱਚ ਮੇਰੇ ਕੋਲ 25 ਚਿੱਤਰ ਆ ਪਹਿਲੀ ਕਿਤਾਬ ਦੇ ਵਿੱਚ,
ਜਿਹੜੇ ਜੀ ਜੀ ਦੋਹਿਆਂ ਦੇ ਰੂਪ ਦੇ ਵਿੱਚ ਦਰਸਾਏ ਹੋਏ ਆ। ਔਰ ਇਸ ਸਾਲ ਜਿਹੜੀ ਕਿਤਾਬ ਛਪੀ ਆ ਉਹ ਹੈਗੇ ਆ 18 ਚਿੱਤਰ, ਜਿਹਦੇ ਵਿੱਚ ਗੁਰੂ ਰਵਿਦਾਸ ਜੀ ਦਾ ਹੈ, ਮਤਲਬ ਬਹੁਤ ਸਾਰੇ ਉਹਦੇ ਵਿੱਚ ਚਿੱਤਰ ਜਿਹੜੇ ਆ ਉਹ ਸ਼ਾਮਿਲ ਕੀਤੇ ਆ, ਜਿਨ੍ਹਾਂ ਦੇ ਨਾਲ ਹੁਣ ਅੱਜ ਉਹਨਾਂ ਦਾ ਵੇਰਵਾ ਦਿੱਤਾ ਗਿਆ। ਪਿਛਲੇ ਚਿੱਤਰਾਂ ਦੀ ਕਿਤਾਬ ਦੇ ਵਿੱਚ ਅਸੀਂ ਉਹਨਾਂ ਨੂੰ ਦੋਹਿਆਂ ਦੇ ਰੂਪ ਦੇ ਵਿੱਚ ਪੇਸ਼ ਕੀਤਾ ਸੀ, ਤੇ ਉਹ ਕਿਤਾਬ ਜਿਹੜੀ ਅਸੀਂ ਤੁਹਾਨੂੰ ਭੇਜਾਂਗੇ ਪਰਿਵਰਤਨਿਕ ਟੀਮ ਨੂੰ ਇਟਲੀ ਦੇ ਵਿੱਚ, ਤੁਸੀਂ ਉਹਨਾਂ ਨੂੰ ਜ਼ਰੂਰ ਬਾਚਿਓ ਔਰ ਦੇਖਿਓ। ਰਾਣਾ ਜੀ, ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਕਿਉਂਕਿ ਸਾਡੇ ਜਿਹੜੇ ਸਾਥੀ ਆ ਪੂਰੇ ਵਰਲਡ ਦੇ ਵਿੱਚ, ਜਿਸ ਤਰ੍ਹਾਂ ਅਰਬ ਦੇ ਵਿੱਚ ਸਾਡੇ ਬਹੁਤ ਸਾਥੀ ਆ, ਪੜ੍ਹਨ ਵਾਲੇ ਸਾਥੀ ਆ, ਹਮੇਸ਼ਾ ਹਾਂਜੀ ਕਿਤਾਬਾਂ ਜਿਹੜੀਆਂ ਵਧੀਆ ਕਿਤਾਬਾਂ ਇੰਡੀਆ ਤੋਂ ਪੰਜਾਬ ਤੋਂ ਮੰਗਾ ਕੇ ਉਹ ਪੜ੍ਹਦੇ ਆ, ਤੇ ਜੀ ਸਾਨੂੰ ਇਹ ਜੀ ਦੱਸਿਆ ਜਾਵੇ ਕਿ ਜਿਸ ਚਿੱਤਰਾਂ ਦੀ ਕਿਤਾਬ ਦੀ ਤੁਸੀਂ ਗੱਲ ਕਰਦੇ ਆ, ਇਹ ਕਿੱਥੋਂ ਮਿਲੂਗੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਆ ਜਾਵੇ। ਅਸੀਂ ਇਹ ਸਾਡੀ ਕਿਉਂਕਿ ਅਸੀਂ ਜਿਹੜੀ ਪ੍ਰਕਾਸ਼ਨਾ ਪ੍ਰਗਤੀ ਕਲਾ ਕੇਂਦਰ ਦੀ ਪ੍ਰਕਾਸ਼ਨਾ ਅਸੀਂ ਖੁਦ ਹੀ ਛਪਵਾਉਂਦੇ ਹਾਂ ਤੇ ਖੁਦ ਹੀ ਅਸੀਂ ਜਿਹੜਾ ਇਹਨੂੰ ਲੋਕਾਂ ਤੱਕ ਲੈ ਕੇ ਜਾਂਦੇ ਹਾਂ। ਅਸੀਂ ਇਹਦੇ ਵਿੱਚ ਕੋਈ ਵੀ ਵਿਚੋਲਾ ਨਹੀਂ ਰੱਖਿਆ ਗਿਆ ਕਿਸੇ ਨੂੰ ਵੀ, ਕਿਉਂਕਿ ਅਸੀਂ ਆਪ ਹੀ ਲੋਕਾਂ ਤੱਕ ਲੈ ਜਾਂਦੇ, ਕਿਉਂਕਿ ਪਿੰਡ ਪਿੰਡ ਸ਼ਹਿਰ ਸ਼ਹਿਰ ਔਰ ਮੱਲੇ ਮੱਲੇ ਅਸੀਂ ਜਾਣਾ ਹੁੰਦਾ ਆ, ਤੇ ਟੀਮ ਜਦੋਂ ਨਾਟਕ ਪੇਸ਼ ਕਰਦੀ ਆ ਉਦੋਂ ਤੋਂ ਬਾਅਦ ਅਸੀਂ ਅਨਾਉਂਸ ਕਰਦੇ ਹਾਂ ਸਟੇਜ ਤੋਂ ਕਿ ਕਿਤਾਬਾਂ ਦਾ ਵੀ ਸਟਾਲ ਅਸੀਂ ਨਾਲ ਲੈ ਕੇ ਆਏ ਹੋਏ ਆ, ਕਿਉਂਕਿ ਸਾਡੀ ਪ੍ਰਕਾਸ਼ਨਾ ਦੇ ਵਿੱਚ ਜਸਵੀਰ ਸਿੰਘ ਮੋਰੋ ਜੀ ਦੀ ਜਿਹੜੇ ਲੇਖਕ ਆ, ਮਿਸ਼ਨਰੀ ਲੇਖਕ ਆ, ਉਹਦੇ ਵਿੱਚ ਉਹਨਾਂ ਦੀ ਕਿਤਾਬ ਉਹਨਾਂ ਦੀਆਂ ਕਿਤਾਬਾਂ ਹੁੰਦੀਆਂ। ਫਿਰ ਸਾਡੇ ਕੋਲ ਜਿਹੜਾ ਅੰਬੇਡਕਰੀ ਦੀਪ ਸੰਪਾਦਕ ਸਾਡੇ ਬਹੁਤ ਹੀ ਸਤਿਕਾਰਯੋਗ ਦਰਸ਼ਨ ਸਿੰਘ ਬਾਜਵਾ ਜੀ, ਉਹਨਾਂ ਦੇ ਜਿਹੜਾ ਮੈਗਜ਼ੀਨ ਅੰਬੇਡਕਰੀ ਦੀਪ, ਉਹਨਾਂ ਦੀਆਂ ਵੀ ਕਾਪੀਆਂ ਸਾਡੇ ਕੋਲ ਆ ਜਾਂਦੀਆਂ। ਫਿਰ ਉਹ ਤੋਂ ਬਾਅਦ ਮੇਰੇ ਚਿੱਤਰਾਂ ਦੀ ਕਿਤਾਬ ਆ, ਫਿਰ ਸਾਡੇ ਪੋਸਟਰ ਹੈਗੇ ਆ ਜਿਹਦੇ ਵਿੱਚ ਮੱਖਣ ਕ੍ਰਾਂਤੀ ਜੀ ਸਾਡੇ ਮਰਹੂਮ ਜਿਹੜੇ ਟੀਮ ਤੇ, ਉਹਨਾਂ ਦੇ ਪੋਸਟਰ ਵੀ ਅਸੀਂ ਜਿਹੜੇ ਆ ਉਸ ਵੇਲੇ ਸਟਾਲ ਤੇ ਲਾਉਂਦੇ ਆ ਕਿ ਲੋਕਾਂ ਦੇ ਨਾਲ ਲੋਕ ਨਾਟਕ ਵੀ ਦੇਖਣ ਤੇ ਨਾਲ ਸਾਹਿਤ ਔਰ ਲਿਟਰੇਚਰ ਦੇ ਨਾਲ ਵੀ ਜੁੜ ਜਾਣ। ਸੋ ਤੁਸੀਂ ਟੀਮ ਵਾਹ, ਤੋਂ ਮੰਗਵਾ ਸਕਦੇ ਆ, ਅਗਰ 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 ਦਿੰਦੇ, ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਪ੍ਰਵਰਤਨਿਕ ਟੀਮ ਨੂੰ ਅਸੀਂ ਜ਼ਰੂਰ ਭੇਜਾਂਗੇ, ਉਹ ਜਿਹੜੇ ਸੈੱਟ ਆ ਜਿਹੜਾ ਅਸੀਂ ਜਦੋਂ ਸਾਡੇ ਕੋਲ ਐਡਰੈਸ ਆ ਗਿਆ ਅਸੀਂ ਤੁਹਾਨੂੰ ਇੱਕ ਸਪੀਡ ਪੋਸਟ ਰਾਹੀਂ ਜ਼ਰੂਰ ਭੇਜਾਂਗੇ। ਸਰ ਕੋਈ ਜੀ ਗੱਲ ਸਰ, ਨਹੀਂ, ਤੁਸੀਂ ਖੇਚਲ ਨਹੀਂ ਕਰਦੀ, ਫਲੋਰ ਏਰੀਆ ਵੀ ਸਾਡੇ ਜਿਹੜੇ ਸਾਥੀ ਹਮੇਸ਼ਾ ਇਟਲੀ ਤੋਂ ਜਾਂਦੇ ਰਹਿੰਦੇ ਆ, ਅਸੀਂ ਖੁਦ ਜੀ ਮੰਗਵਾਵਾਂਗੇ, ਜੀ ਤੁਸੀਂ ਖੇਚਲ ਨਹੀਂ ਠੀਕ ਕਰਨੀ। ਠੀਕ ਹੈ ਜੀ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ, ਠੀਕ ਹੈ ਤੇ ਜੀ। ਰਾਣਾ ਸਾਹਿਬ ਸ਼੍ਰੀ ਕਾਂਛੀ ਰਾਮ ਜੀ ਦਾ ਦੇਖ ਲਓ, ਉਹਨਾਂ ਨੇ ਸਾਈਕਲ ਤੇ ਸੰਘਰਸ਼ ਕੀਤਾ, ਕਿ ਉਹਦੇ ਬਾਰੇ ਵੀ ਤੁਸੀਂ ਕੋਈ ਜਿਹੜਾ ਆ ਪੋਰਟਰੇਟ ਤਿਆਰ ਕੀਤਾ ਹੈਗਾ ਹਾਂਜੀ ਪੇਂਟਿੰਗ? ਤੁਹਾਡੀ ਰੇਂਜ ਦੀ ਪ੍ਰੋਬਲਮ ਹੈ ਜੀ, ਰੇਂਜ ਸਾਹਿਬ ਕਾਂਛੀਰਾਮ ਮੈਂ ਜੀ ਦੀ ਜੀ ਉਹਦੀ ਉਹਨਾਂ ਦੀ ਗੱਲ ਕੀਤੀ ਕਿ ਉਹਨਾਂ ਦਾ ਇੱਕ ਚਿੱਤਰ ਕਾਫੀ ਪ੍ਰਚਲਿਤ ਆ। ਤੁਸੀਂ ਉਹਦੇ ਵਿੱਚ ਸਾਹਿਬ ਕਾਂਛੀਰਾਮ ਜੀ ਨੂੰ ਸਾਈਕਲ ਨਾਲ ਮੈਂ ਦਿਖਾਇਆ ਹੋਇਆ ਹੈ, ਨੀਲਾ ਝੰਡਾ ਹੈ, ਉਸ ਤੋਂ ਬਾਅਦ ਫਿਰ ਉਹਨਾਂ ਦੀ ਬੈਕਗ੍ਰਾਉਂਡ ਦੇ ਵਿੱਚ ਪੂਰਾ ਜਿਹੜਾ ਕਨਸੈਪਟ ਹੈ ਬਹੁਜਨ ਕਲਚਰ ਮੂਵਮੈਂਟ ਦਾ ਜਾਂ ਬਹੁਜਨ ਰਾਜਨੀਤਿਕ ਮੂਵਮੈਂਟ ਦਾ, ਆਰਥਿਕ ਮੂਵਮੈਂਟ ਦਾ, ਉਹ ਪੂਰਾ ਜਿਹੜਾ ਉਹਦਾ ਕੰਪੋਜ਼ਿਸ਼ਨ ਅਸੀਂ ਉਹਨੂੰ ਕਹਿੰਦੇ ਹਾਂ, ਅਸੀਂ ਬੋਲਦੇ ਹਾਂ ਕੰਪੋਜ਼ ਕਰਦੇ ਹਾਂ ਕਿ ਬਹੁਤ ਸਾਰੇ ਜਿਹੜੇ ਉਹਨਾਂ ਦੇ ਜ਼ਿੰਦਗੀ ਨਾਲ ਜੁੜੇ ਅਧਿਆਏ ਆ ਉਹ ਅਸੀਂ ਇੱਕ ਚਿੱਤਰ ਦੇ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਉਹ ਚਿੱਤਰ ਜਿਹੜਾ ਆ ਮੈਂ ਬਣਾਇਆ ਹੋਇਆ ਹੈ, ਔਰ ਦੋ ਚਿੱਤਰ ਜਿਹੜੇ ਉਹਨਾਂ ਦੇ ਔਨ ਪ੍ਰੋਗਰੈਸ ਆ, ਉਹ ਅਜੇ ਤੱਕ ਜਨਤਕ ਨਹੀਂ ਹੋਏ। ਕਿਤੇ ਤੁਸੀਂ ਉਹ ਚਿੱਤਰ ਦੀ ਨਹੀਂ ਗੱਲ ਕਰਦੇ ਜਿਹੜੇ ਪੰਮੀ ਲਾਲੋ ਮਜਾਰਾ ਜੀ ਦੀ ਜਿਹੜੀ ਕਿਤਾਬ ਹੈਗੀ ਆ, ਕਿ ਮੈਂ ਕਾਂਛੀ ਰਾਮ ਬੋਲਦਾ, ਉਹ ਜਿਹੜੀ ਸਾਈਕਲ ਵਾਲੀ ਫੋਟੋ, ਹਾਂਜੀ ਜੀ ਉਹਦੀ ਗੱਲ ਜੀ ਕਰ ਜੀ ਰਹੇ ਹੋ? ਹਾਂਜੀ ਉਹ ਤਾਂ ਹਾਂਜੀ ਬਹੁਤ ਹਾਂਜੀ ਉਹ ਜ਼ਬਰਦਸਤ ਵਾਲੀ ਫੋਟੋ ਹਾਂਜੀ ਬਣਾਈ ਹੈ ਜੀ, ਨਾਲੇ ਹੂ ਬਹੂ ਹਾਂਜੀ ਆ। ਹਾਂਜੀ
ਹਾਂਜੀ, ਉਹਨਾਂ ਦੇ ਵਿੱਚ ਪਿੱਛੇ ਤੁਸੀਂ ਹਾਥੀ ਦੇਖ ਸਕਦੇ ਆ, ਉਹਨਾਂ ਦੀ ਕੰਪੋਜੀਸ਼ਨ ਆ। ਫਿਰ ਉਸ ਤੋਂ ਬਾਅਦ ਪਿੱਛੇ ਬੁੱਧ ਵਿਹਾਰ ਆ, ਪਿੱਛੇ ਸਾਈਕਲ ਦੇ ਜਿਹੜੇ ਚੱਕੇ ਨੂੰ ਮੈਂ ਜਿਹੜਾ ਉਹ ਧੰਮ ਚੱਕਰ ਤੋਂ ਲੈ ਕੇ ਅਸ਼ੋਕ ਚੱਕਰ ਦੇ ਨਾਲ ਜਿਹੜਾ ਆ ਉਹ ਇਲਸਟ੍ਰੇਟ ਕੀਤਾ। ਜਦੋਂ ਤੁਸੀਂ ਉਹਨੂੰ ਧਿਆਨ ਉਹ ਧੰਮ ਚੱਕਰ ਵੀ ਆ, ਉਹਦੇ ਵਿੱਚ ਕਿੰਨਾ ਕੁਛ ਜਿਹੜਾ ਸਮਾਇਆ ਹੋਇਆ ਹੈ ਇੱਕ ਚਿੱਤਰ ਦੇ ਵਿੱਚ। ਸੋ ਇੱਕ ਗੱਲ ਸੋਚਣ ਵਾਲੀ ਹਾਂਜੀ ਹੈਗੀ ਭਾਜੀ, ਆ ਕਿ ਜਿਹੜੀ ਧੰਮ ਚੱਕਰ ਆ ਜਾਂ ਅਸ਼ੋਕ ਚੱਕਰ ਕਹਿ ਲਓ, ਉਹ ਸਾਡੇ ਮਹਾਪੁਰਸ਼ ਨਾਲ, ਹਾਂਜੀ ਇਕੱਲੇ ਇਕੱਲੇ ਮਹਾਪੁਰਸ਼ ਨਾਲ ਉਹ ਹਾਂਜੀ ਜਿਹੜੀ ਆ ਮਤਲਬ ਕਿ ਨਿਸ਼ਾਨ ਜੋੜਦੇ ਆ। ਦੇਖੋ ਉੱਥੇ ਸਾਈਕਲ ਦਾ ਚੱਕਰ ਆ ਗਿਆ ਨਾ, ਬਿਲਕੁਲ ਬਿਲਕੁਲ ਹਾਂਜੀ ਇਹਦਾ ਹਾਂਜੀ ਮਤਲਬ ਬਿਲਕੁਲ। ਇਹ ਤੁਸੀਂ ਆ ਉਹਨੂੰ ਕਿ ਜਿਹੜੇ ਦੇਖੋਗੇ ਸਾਡੇ ਧਿਆਨ ਨਾਲ ਨਾ, ਮਹਾਪੁਰਸ਼ ਕਿਉਂਕਿ ਸੀਗੇ ਉਹਦੇ ਉਹ ਵਿੱਚੋਂ 24 ਘੰਟੇ ਆਪਣੇ ਮਤਲਬ ਕਿ ਬਹੁਜਨ ਲੋਕ ਸੀਗੇ, ਹਾਂਜੀ ਦੱਬੇ ਕੁਚਲੇ ਲੋਕ ਸੀ, ਆਪਣੇ ਜੀ ਲੋਕਾਂ ਜੀ ਦੇ 24 ਘੰਟੇ ਉਹ ਦਰਦ ਰੱਖਦੇ ਸੀ, ਤੜਫ ਰੱਖਦੇ ਸੀ। ਧੰਮ ਚੱਕਰ ਦਾ ਮਤਲਬ ਇਹ ਆ। ਜੀ। ਔਰ ਉਹ ਜਿਹੜੇ ਉਹਦੇ ਵਿੱਚ ਆਪਣੇ ਚੱਕੇ ਦੇ ਵਿੱਚ ਜਿਹੜੀਆਂ ਤਾਰਾਂ ਹੁੰਦੀਆਂ ਨਾ, ਉਹ ਤਾਰਾਂ ਬਹੁਤ ਹੁੰਦੀਆਂ, ਪਰ ਉਹਦੇ ਵਿੱਚ ਉਹ 24 ਆ, ਤੁਸੀਂ ਉਹਨਾਂ ਨੂੰ ਗਿਣ ਸਕਦੇ ਆ ਇੱਕ ਇੱਕ ਕਰਕੇ। ਹਾਂਜੀ ਜੀ, 24 ਆ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਜੀ ਭਾਜੀ, ਜਦੋਂ ਵੀ ਜਿੰਨਾ ਹਾਂਜੀ ਹਾਂਜੀ ਅਸ਼ੋਕ ਹਾਂਜੀ ਚੱਕਰ ਦੇਖੋਗੇ, ਅਸ਼ੋਕ ਦੇ ਨਿਸ਼ਾਨ ਦੇਖੋਗੇ, ਹੋਰ ਜਿਹੜੇ ਰਾਜੇ ਹਾਂਜੀ ਹੋਏ ਆਪਣੇ, ਜੇ ਇੱਥੇ ਜੀ ਤੱਕ ਜੀ ਜਿਹੜਾ ਗੁਰੂ ਰਵਿਦਾਸ ਜੀ ਦਾ ਮਹਾਰਾਜ ਦਾ ਜਿਹੜਾ ਨਾ ਉਹ ਹਰ ਦਾ ਨਿਸ਼ਾਨ ਹੈ, ਉਹਦੇ ਵਿੱਚ ਦੇਖਿਓ ਕਿੰਨੇ ਆ। ਇਹ ਮੈਂ ਹਾਂਜੀ ਦਰਸ਼ਕਾਂ ਨੂੰ ਹਾਂਜੀ ਦੱਸਣਾ ਚਾਹਣਾ ਹੈਗਾ। ਸੋ ਸਤਿਕਾਰਯੋਗ ਸਾਥੀਓ, ਜੀ ਰਾਣਾ ਸਾਹਿਬ ਨੇ ਜਿਹੜੀ ਗੱਲ ਕੀਤੀ ਆ ਜਸਵੀਰ ਮੋਰੇ, ਜਸਵੀਰ ਮੋਰੋ ਸਾਡੇ ਸਮਾਜ ਦੇ ਇੱਕ ਨਿਧੜਕ ਰਾਈਟਰ ਹਨ, ਜਿਨ੍ਹਾਂ ਜੀ ਨੇ ਕਿਤਾਬ ਲਿਖੀ ਜੋ ਬੋਲੇ ਸੋ ਨਿਰਭੈ। ਮੈਂ ਇੱਥੇ ਦੱਸਣਾ ਚਾਹਨਾ ਕਿ ਹਾਂ ਜੋ ਜੀ, ਉਹ ਬੋਲੇ ਸੋ ਆਪਣੀ ਨਿਰਭੈ, ਮੈਂ ਵੀ ਕਿਤਾਬ ਪੜ੍ਹੀ ਸੀ, ਮੇਰਾ ਜੀਵਨ ਬਦਲਿਆ ਉਹ ਕਿਤਾਬ ਪੜ੍ਹ ਕੇ। ਅਗਰ ਗੁਰੂ ਜੀ ਰਵਿਦਾਸ ਜੀ ਮਹਾਰਾਜ ਬਾਰੇ ਸਹੀ ਕੋਈ ਜਾਣਕਾਰੀ ਲੈਣੀ ਆ ਤੁਸੀਂ, ਜਾਂ ਉਹਨਾਂ ਦੇ ਗੁਰੂ ਰਵਿਦਾਸ ਮਹਾਰਾਜ ਜਿਹੜੇ ਸ਼ਬਦ ਹੈਗੇ ਆ ਸਹੀ ਵਿਆਖਿਆ ਤੁਸੀਂ ਜਾਣਨਾ ਚਾਹੁੰਦੇ ਹੈਗੇ ਆ, ਤੇ ਉਹਨਾਂ ਦਾ ਜੀਵਨ ਸੰਘਰਸ਼ ਕੀ ਸੀਗਾ, ਤਾਂ ਤੁਸੀਂ ਜੋ ਬੋਲੇ ਸੋ ਨਿਰਭੈ ਪੜ੍ਹੋ। ਇਹ ਜਿਹੜੀ ਕਿਤਾਬ ਆ ਜਿਹੜੀ ਲਾਂਧੜਾ ਪਬਲੀਕੇਸ਼ਨ ਹੈਗੀ ਆ, ਜਿਸ ਪਬਲੀਕੇਸ਼ਨ ਬਾਰੇ ਰਾਣਾ ਜੀ ਦੱਸ ਰਹੇ ਆ, ਤੁਸੀਂ ਸਾਡੇ ਕੋਲ ਨੰਬਰ ਕੰਟੈਕਟ ਕਰਕੇ ਤਾਂ ਉੱਥੋਂ ਕਿਤਾਬਾਂ ਮੰਗਾ ਸਕਦੇ ਆ, ਤੇ ਹੋਰ ਵੀ ਕਾਫੀ ਕਿਤਾਬਾਂ ਹੈਗੀਆਂ। ਜਸਵੀਰ ਮੋਰੋ ਜੀ ਇੱਕ ਬਹੁਤ ਜੀ ਭਾਜੀ ਨੇਕ ਇਨਸਾਨ ਆ, ਜੀ ਹੁਣ ਉਹ ਰਿਟਾਇਰ ਹੋ ਚੁੱਕੇ ਆ ਕਿ ਫੁੱਲ ਸਮਾਂ ਉਹ ਸਮਾਜ ਨੂੰ ਦੇਣਗੇ। ਮੇਰੀ ਉਹਨਾਂ ਨਾਲ ਗੱਲਬਾਤ ਹੋਈ ਸੀਗੀ, ਤੇ ਉਹ ਵਿਹਲੇ ਨਹੀਂ ਰਹਿੰਦੇ ਹੈਗੇ, ਆਪਣੇ ਮਹਾਪੁਰਸ਼ਾਂ ਦੀ ਜੀ ਵਿਚਾਰਧਾਰਾ ਤੇ ਕੰਮ ਕਰਦੇ ਹਨ। ਹੋਰ ਰਾਣਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਕਿ ਕੈਨੇਡਾ ਦੇ ਵਿੱਚ ਰਹਿ ਕੇ ਵੀ ਤੁਸੀਂ ਜਿਹੜਾ ਮਹਾਪੁਰਸ਼ਾਂ ਦੀ ਵਿਚਾਰਧਾਰਾ ਲਈ ਹਾਂਜੀ ਸਮਾਂ ਕੱਢਦੇ ਆ? ਇੱਥੇ ਤਾਂ ਮੈਂ ਇਹੀ ਗੱਲ ਕਹਿਣੀ ਚਾਹਨਾ ਹੈਗਾ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਾ ਆਰਾਮ ਨਹੀਂ ਉਹ ਬਹਿੰਦੇ, ਨ�ਿਹੋਂ ਵਾਲੀ ਨੈਣਾ ਦੀ ਜੀ ਨੀਂਦਰ ਦਿਨੇ ਜੀ ਜੀ ਰਾਤ ਪਈ ਬਿਲਕੁਲ। ਬਹਿੰਦੇ, ਦਿਨੇ ਰਾਤ ਪਏ ਬਹਿੰਦੇ। ਰਾਤ ਵੇਰੇ ਸੋ ਰਹਿੰਦੇ ਇਹ ਜੀ ਗੱਲਾਂ ਜਿਹੜੇ ਮਿਸ਼ਨਰੀ ਸਾਥੀ ਆ ਉਹਨਾਂ ਦੇ ਢੋਕਦੀਆਂ, ਦੇਖੋ ਕੈਨੇਡਾ ਵਿੱਚ ਹਜ਼ਾਰਾਂ ਲੋਕ ਹੋਣਗੇ, ਠੀਕ ਹੈ ਨਾ, ਖਾਂਦੇ ਹੋਣਗੇ, ਪੀਂਦੇ ਹੋਣਗੇ, ਕਮਾਉਂਦੇ ਹੋਣਗੇ, ਪਰ ਗੁਰੂ ਕਬੀਰ ਜੀ ਮਹਾਰਾਜ ਕਹਿੰਦੇ ਆ ਕਿ ਸੁਖੀਆ ਸਭ ਸੰਸਾਰ ਹੈ, ਖਾਵੇ ਔਰ ਪੀਵੇ, ਸਾਰੇ ਬਿਲਕੁਲ ਦੁਖੀਆ ਦਾਸ ਕਬੀਰ ਹੈ, ਜੀ ਜਾਗੇ ਔਰ ਰੋਵੇ। ਜਿਹੜਾ ਸਾਡੇ ਰੋਵੇ ਮਹਾਪੁਰਸ਼ਾਂ ਦਾ ਸਾਰੇ ਮਿਸ਼ਨ ਹਜੇ ਪੂਰਾ ਨਹੀਂ ਹੋਇਆ, ਉਹ ਤੁਸੀਂ ਆਪਣੀ ਪ੍ਰਗਤੀ ਕਲਾ ਕੇਂਦਰ ਮੰਚ ਰਾਹੀਂ ਪੂਰਾ ਕਰ ਰਹੇ ਹੋ, ਔਰ ਬਾਹਰ ਬੈਠ ਕੇ ਵੀ ਇਹ ਕੰਮ ਕਰ ਰਹੇ ਹਾਂ, ਇਹਦੇ ਲਈ ਤੁਹਾਨੂੰ ਸਲੂਟ ਆ। ਜੀ ਜੀ ਥੈਂਕ ਲਾਸਟ ਤੇ ਤੁਸੀਂ ਕੀ ਕਹਿਣਾ ਯੂ ਥੈਂਕ ਚਾਹੁੰਦੇ ਆ, ਯੂ। ਜਿੰਨੀ ਵੀ ਤੁਸੀਂ ਗੱਲਬਾਤ ਰੱਖਣੀ ਚਾਹੁੰਦੇ ਰੱਖ ਸਕਦੇ ਹੋ। ਹਾਂਜੀ, ਲਾਸਟ ਵਿੱਚ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਮੈਂ ਤੁਹਾਡੇ ਟੀਮ ਨਾਲ ਜੁੜ ਚੁੱਕਾ ਹਾਂ, ਮੈਨੂੰ ਸਾਰੇ ਨੋਟੀਫਿਕੇਸ਼ਨ ਵੀ ਆ ਰਹੇ ਆ, ਤੁਹਾਡੀਆਂ ਇੰਟਰਵਿਊਜ਼ ਔਰ ਬਹੁਤ ਸਾਰੀ ਤੁਹਾਡੀ ਐਕਟੀਵਿਟੀ ਆ। ਔਰ ਇੱਕ ਤੁਹਾਨੂੰ ਮੁਬਾਰਕਬਾਦ ਹੋਰ ਦੇਣਾ ਚਾਹੁੰਦਾ, ਤੁਹਾਡੇ ਫੇਸਬੁੱਕ ਔਰ ਮਾਧਿਅਮ ਰਾਹੀਂ ਮੈਨੂੰ ਪਤਾ ਲੱਗਾ ਕਿ ਸੰਸਥਾ ਜਿਹੜੀ ਉਹ ਰਜਿਸਟਰ ਹੋ ਚੁੱਕੀ ਹੈ ਇਟਲੀ ਦੇ ਵਿੱਚ, ਤੇ ਉਹਦੀ ਪੋਸਟ ਵੀ ਮੈਂ ਦੇਖੀ ਸੀ। ਉਹਦੇ ਲਈ ਵੀ ਸਾਰੀ ਟੀਮ ਨੂੰ ਮੁਬਾਰਕਬਾਦ।
ਤੇ ਬਾਕੀ ਪ੍ਰਗਤੀ ਕਲਾ ਕੇਂਦਰ ਜਿਹੜਾ ਆ ਉਹ ਲਗਾਤਾਰ ਆਪਣੇ ਪਿਆਰੇ ਲੋਕਾਂ ਲਈ, ਆਪਣੇ ਮਿਸ਼ਨ ਲਈ ਔਰ ਬਹੁਜਨ ਆਰਟ ਕਲਚਰ ਮੂਵਮੈਂਟ ਲਈ ਦਿਨ ਰਾਤ ਲੱਗਾ ਹੋਇਆ ਆ, ਔਰ ਸਾਡੇ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਆ ਉਹ ਅਸੀਂ ਬਿੰਨੇ ਹੋਏ ਆ, ਉਹ ਅਸੀਂ ਲਗਾਤਾਰਤਾ ਜਿਹੜੀ ਆ ਉਹ ਬਣਾਈ ਰੱਖੇ ਆ, ਜਿਹਦੇ ਵਿੱਚ ਕਿਤਾਬਾਂ ਅਸੀਂ ਹਰ ਸਾਲ 2 ਕਿਤਾਬਾਂ ਜਿਹੜੀਆਂ ਉਹ ਪਬਲਿਸ਼ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਹਰ ਸਾਲ ਕੋਰੀਓਗ੍ਰਾਫ ਨਵਾਂ ਨਾਟਕ ਤੇ ਓਪੇਰਾ ਲੈ ਕੇ ਆਉਂਦੇ ਹਾਂ ਔਰ ਲਿਖਦੇ ਵੀ ਆਪ ਹਾਂ, ਰਿਕਾਰਡ ਵੀ ਆਪ ਹੀ ਕਰਾਉਂਦੇ ਹਾਂ। ਤੋ ਅਸੀਂ ਬਿਲਕੁਲ ਸਾਡੀ ਵਿਅਸਤਤਾ ਬਣੀ ਹੋਈ ਆ, ਅਸੀਂ ਬਿਲਕੁਲ ਜਿਹੜਾ ਆ ਉਹ ਆਪਣੀ ਰਹਿਬਰ ਮਹਾਂਪੁਰਸ਼ਾਂ ਦੀ, ਜਿਹਦੇ ਵਿੱਚ ਇਸ ਸਾਲ ਅਸੀਂ ਚੰਦ ਚੰਦਾਸ ਧੜਕ ਔਰ ਉਹਨਾਂ ਦੀ ਦੂਜੇ ਨੂੰ ਗੀਤ ਨੂੰ ਲੈ ਕੇ ਅਸੀਂ ਕੋਰੀਓਗ੍ਰਾਫ ਲੈ ਕੇ ਆਏ ਹਾਂ। ਸੋ ਪ੍ਰਗਤੀ ਕਲਾ ਕੇਂਦਰ ਜਿਹੜਾ ਆ ਉਹ ਲੋਕਾਂ ਤੱਕ ਆਪਣੀ ਪਹੁੰਚ ਵੀ ਰੱਖਦਾ ਆ ਔਰ ਲੋਕ ਸਾਨੂੰ ਪਿਆਰ ਵੀ ਦਿੰਦੇ ਆ, ਤੇ ਸਾਰਿਆਂ ਦਾ ਸਾਰੇ ਲੋਕਾਂ ਦਾ ਜਿੱਥੇ ਵੀ ਉਹ ਵੱਸਦੇ ਆ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਥੈਂਕ ਯੂ ਜੀ, ਧੰਨਵਾਦ। ਇਹ ਸਨ ਜੀ ਜੀ। ਸਾਡੇ ਹਾਂਜੀ ਮਿਸ਼ਨਰੀ ਯੋਧੇ, ਮੱਖਣ ਕ੍ਰਾਂਤੀ। ਜੀ ਮੱਖਣ ਜੀ ਜੀ ਕ੍ਰਾਂਤੀ ਇੱਕ ਆਪਣੇ ਵਿੱਚ ਆਪਣੇ ਆਪ ਵਿੱਚ ਇਹ ਕ੍ਰਾਂਤੀ ਸੀਗੇ। ਇਹ ਜਿਹੜੇ ਜੀ ਜੀ ਸ਼ਬਦ ਬਿਲਕੁਲ ਹੁੰਦੇ ਆ, ਅਲੰਕਾਰ ਹੁੰਦੇ ਆ, ਉਹ ਉਦੇ ਨਹੀਂ ਲੱਗ ਜਾਂਦੇ ਹੈਗੇ। ਉਹਨਾਂ ਨੇ ਜੀ ਆਪਣੇ ਬੱਚਿਆਂ ਤੱਕ ਇੰਨਾ ਸਮਾਂ ਨਹੀਂ ਦਿੱਤਾ ਜਿੰਨਾ ਉਹਨਾਂ ਨੇ ਮਿਸ਼ਨ ਦਿੱਤਾ। ਇਧਰੋਂ ਆਉਂਦੇ ਜੀ ਸੀ, ਜੀ ਉਧਰ ਨੂੰ ਜੀ ਚੱਲ ਜਾਂਦੇ ਸੀ, ਦੌੜੇ ਭੱਜੇ ਰਹਿੰਦੇ ਹਾਂਜੀ ਰਿਸ਼ਤੇਦਾਰੀ ਲਈ। ਉਹਨਾਂ ਕੋਲ ਸਮਾਂ ਨਹੀਂ ਸੀ ਹੁੰਦਾ ਸਾਥੀਓ, ਇਹਨੂੰ ਕਹਿੰਦੇ ਮਿਸ਼ਨ। ਹਾਂਜੀ ਸੋ ਉਹ ਸਮਝ ਗਿਆ ਸੀ ਕਿ ਸਾਡੇ ਸਿਰ ਤੇ ਜਿਹੜਾ ਪੁਰਖਿਆਂ ਦਾ ਕਰਜ਼ਾ ਉਹ ਸਾਨੂੰ ਹੀ ਲਾਣਾ ਪੈਣਾ। ਕਿਉਂ ਲਾਣਾ ਪੈਣਾ? ਕਿਉਂਕਿ ਜਿਹੜੀ ਮਹਾਪੁਰਸ਼ਾਂ ਦੀ ਅਸਲ ਵਿਚਾਰਧਾਰਾ ਹਜੇ ਤੱਕ ਲੋਕਾਂ ਤੱਕ ਨਹੀਂ ਪਹੁੰਚੀ। ਸੋ ਕੈਨੇਡਾ ਵਾਸੀਆਂ ਜੀ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ, ਨੌਜਵਾਨਾਂ ਨੂੰ, ਕਾਫੀ ਸਾਡੇ ਸਾਥੀ ਉੱਥੇ ਹੈਗੇ ਆ, ਕਿ ਜੀ ਕੁਲਜੀਤ ਰਾਣਾ ਜੀ ਨਾਲ ਸੰਪਰਕ ਅਗਰ ਤੁਸੀਂ ਜੀ ਕਰਨਾ ਚਾਹੁੰਦੇ, ਸਾਡੇ ਤੋਂ ਇਹਨਾਂ ਦਾ ਨੰਬਰ ਲੈ ਸਕਦੇ ਆ। ਕਿਉਂਕਿ ਕਿਸੇ ਵੀ ਦੇਸ਼ ਜੀ ਵਿੱਚ ਜੀ ਤੁਸੀਂ ਬੈਠੇ ਆ ਮਿਸ਼ਨਰੀ ਸਾਥੀਓ, ਜਿਹੜੇ ਤੁਹਾਡੇ ਦੇਸ਼ ਦੇ ਵਿੱਚ, ਚਾਹੇ ਸਪੇਨ ਵਿੱਚ ਆ, ਚਾਹੇ ਤੁਸੀਂ ਜਰਮਨ ਚ, ਕਿਤੇ ਵੀ ਹੈਗੇ ਆ, ਜਿਸ ਤਰ੍ਹਾਂ ਕੁਲਜੀਤ ਰਾਣਾ ਜੀ ਕੈਨੇਡਾ ਦੇ ਵਿੱਚ ਹਨ, ਤਾਂ ਅਗਰ ਤੁਸੀਂ ਮਿਸ਼ਨਰੀ ਸਾਥੀਆਂ ਨਾਲ ਬਹਿੰਦੇ ਨਹੀਂ ਹੈਗੇ, ਸਮਾਂ ਨਹੀਂ ਕੱਢਦੇ ਹੈਗੇ, ਤਾਂ ਵਿਚਾਰਾ ਨਹੀਂ ਕਰਦੇ ਹੈਗੇ, ਉਹਨਾਂ ਚਿਰ ਸਾਡਾ ਮਿਸ਼ਨ ਅੱਗੇ ਨਹੀਂ ਜਾ ਸਕਦਾ ਹੈਗਾ। ਸਾਡੇ ਤੋਂ ਨੰਬਰ ਲੈ ਸਕਦੇ ਜਿਹੜੇ ਵੀ ਇਹਨਾਂ ਨੂੰ ਮਿਲਦੇ ਇਸ਼ਕ ਹਨ। ਔਰ ਹਾਂਜੀ ਸੱਚੀ ਮਹਾਪੁਰਸ਼ਾਂ ਦੀ ਜਿਹੜੀ ਫੇਸ ਟੂ ਫੇਸ ਪ੍ਰਦਰਸ਼ਨੀ ਲਾ ਚੁੱਕੇ ਆ। ਸੋ ਇਹ ਕੋਈ ਛੋਟੀ ਮੋਟੀ ਗੱਲ ਨਹੀਂ, ਬਹੁਤ ਲੋਕ ਵੱਡੇ ਵੱਡੇ ਫੰਕਸ਼ਨ ਕਰਦੇ ਹੋਣਗੇ, ਉਹਨਾਂ ਨੂੰ ਮੁਬਾਰਕ ਆ। ਇਹਨਾਂ ਫੰਕਸ਼ਨਾਂ ਦੇ ਦੌਰਾਨ ਜਿਹੜੀਆਂ ਆਪਾਂ ਸੈਰਾਮਣੀਆਂ ਕਰਦੇ ਹਾਂ, ਉੱਥੇ ਮਹਾਪੁਰਸ਼ਾਂ ਨੂੰ ਵੀ ਆਪਣੇ ਨੂੰ ਚੇਤੇ ਰੱਖਣਾ ਚਾਹੀਦਾ, ਉਹਨਾਂ ਦੀ ਵਿਚਾਰਧਾਰਾ ਫਲਾਣ ਵਿੱਚ ਸਾਡਾ ਯੋਗਦਾਨ ਹੋਣਾ ਚਾਹੀਦਾ ਹੈਗਾ। ਇੱਕ ਇੱਕ ਮਨੁੱਖ ਦਾ ਯੋਗਦਾਨ ਹੋਣਾ ਚਾਹੀਦਾ, ਕਿਉਂਕਿ ਸਾਰੇ ਪੁਰਖਿਆਂ ਦੀ ਜਿਹੜੀ ਵਿਚਾਰਧਾਰਾ ਦਾ ਫਲ ਆ, ਉਹ ਕਿਸੇ ਇੱਕ ਨੇ ਨਹੀਂ ਖਾਧਾ, ਕਿਉਂਕਿ ਉਹ ਪਿੱਛੇ ਜਾ ਰਹੀ ਆ। ਅਗਰ ਉਹਨੂੰ ਜੀ ਜੀ ਆਪਾਂ ਅੱਗੇ ਲਿਆਉਣਾ ਹੈਗਾ, ਅੱਗੇ ਲੈ ਕੇ ਜਾਣਾ ਹੈਗਾ, ਤਾਂ ਸਾਡਾ ਇੱਕ ਇੱਕ ਦਾ ਫਰਜ਼ ਹੈਗਾ। ਸੋ ਕੁਲਜੀਤ ਰਾਣਾ ਜੀ ਜੀ, ਬਹੁਤ ਬਹੁਤ ਧੰਨਵਾਦ, ਫੇਰ ਜੁੜਾਂਗੇ। ਤੇ ਸਾਰੇ ਹਾਂਜੀ ਸਾਥੀਆਂ ਬਿਲਕੁਲ ਜੀ ਨੂੰ ਬਿਲਕੁਲ ਬੇਨਤੀ ਆ ਕਿ ਪ੍ਰਗਤੀ ਕਲਾ ਕੇਂਦਰ ਲਾਂਦੜਾ, ਜਿਹੜੇ ਵੀ ਆਪਣੇ ਮਹਾਪੁਰਸ਼ਾਂ ਦੀ ਵਿਚਾਰਧਾਰਾ ਨੂੰ ਫੈਲਾਉਣਾ ਚਾਹੁੰਦੇ ਆ, ਸਾਡੀ ਬੇਨਤੀ ਆ, ਅਪੀਲ ਆ, ਕਿ ਇਸ ਕਲੱਬ ਨੂੰ, ਇਸ ਕਲਾ ਮੰਚ ਨੂੰ ਤੁਸੀਂ ਆਪਣੇ ਪਿੰਡਾਂ ਵਿੱਚ ਸੱਦੋ ਤੇ ਜਾਗਰਤੀ ਲੋਕਾਂ ਵਿੱਚ ਲਿਆਓ। ਜੈ ਭੀਮ, ਜੈ ਭਾਰਤ, ਜੈ ਨਮੋ ਭਾਰਤ, ਜੈ ਵਧਾਏ, ਹਿੰਦ, ਜੈ ਗੁਰਦੇਵ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।